ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਰਿੰਦਰ ਸਿੰਘ ਸਵਾਦ ਕਰਦਾਮ ਸਬਜ਼ੀ ਦਾ ਤੁਹਾਡੇ ਆਪਣੇ ਪੀਬੀ ਕੇ ਚੈਨਲ ਉੱਤੇ ਸੋ ਅੱਜ ਆਪਾਂ ਇੱਕ ਬੋਨਸ ਬਾਰੇ ਗੱਲ ਕਰਾਂਗੇ ਤੇ ਜਿਹੜੇ ਮੇਰੇ ਭੈਣ ਭਰਾਸ ਚੈਨਲਾਂ ਨਾ ਪਹਿਲੀ ਵਾਰੀ ਜੁੜਦੇ ਪੈਨ ਉਹਨਾਂ ਅੱਗੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਬਾਤੂ ਬਾਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਭੈਣ ਭਰਾ ਦੀ ਹੈਲਪ ਹੋ ਸਕੇ ਸੋ ਇਸ ਬੋਨਸ ਬਾਰੇ ਤੁਹਾਨੂੰ ਦੱਸਦਾ ਕਿ ਅਸੀਂ 7 ਨਵੰਬਰ ਨੂੰ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਵੀ ਇੱਕ ਨਵਾਂ ਕਾਨੂੰਨ ਆਇਆ ਹੈ ਜਦੇ ਹਿਸਾਬ ਨਾਲ ਤੁਹਾਨੂੰ ਆਪਣੀ ਗੱਡੀ ਵਿੱਚ ਇੱਕ ਡਿਵਾਈਸ ਰੱਖਣਾ ਪ ਸੋ ਉਸ ਟਾਈਮ ਜਿਹੜੀ ਡਿਵਾਈਸਾਂ ਦੀ ਬਹੁਤ ਜ਼ਿਆਦਾ ਛੋਟੇਜ ਆ ਗਈ ਸੀ ਬਹੁਤ ਘੱਟ ਮਿਲਣ ਦੇ ਸੀ ਮਾਰਕੀਟਾਂ ਵਿੱਚ ਤੇ ਮਿਲਦੇ ਨਹੀਂ ਸੀ ਪਿਆ ਅਵੇਲੇਬਲ ਹੀ ਨਹੀਂ ਸੀ ਸਜੈਸਟ ਕਰਕੇ ਇਹਨਾਂ ਨੇ ਜਿਹੜੇ ਜੁਰਮਾਨੇ ਸੀ ਉਹ 6 ਮਾਰਚ ਤੱਕ ਪੋਸਟਪੋਨ ਕਰਦੇ ਦੇ ਵਿੱਚ 6 ਮਾਰਚ ਤੋਂ ਬਾਅਦ ਅਸੀਂ ਜੁਰਮਾਨੇ ਕਰਨੇ ਸ਼ੁਰੂ ਕਰਾਂਗੇ ਦੁਬਾਰਾ ਤੋਂ ਸੋ 6 ਮਾਰਚ ਨੂੰ ਜਿਹੜੀ ਅਸੀਂ ਵੀਡੀਓ ਬਣਾਈ ਸੀ ਉਹਦੇ ਵਿੱਚ ਡਿਟੇਲ ਦੇ ਨਾਲ ਇਸ ਡਿਵਾਈਸ ਦੀ ਡਿਟੇਲ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਇਹਦਾ ਜਿਹੜਾ ਰਿਮਬੋਰਸ ਉਹ ਵੀ ਹੋ ਸਕਦਾ ਘੱਟੋ ਘੱਟ 3 ਇਹ ਰੋ ਤੁਹਾਨੂੰ ਵਾਪਸ ਮਿਲ ਸਕਦੇ ਐ ਇਸ ਕਿੱਟ ਦੇ ਇਸ ਡਿਵਾਈਸ ਦੇ ਸੋ ਐਸ ਬੋਨਸ ਨੂੰ ਕਹਿੰਦੇ ਆ ਬੋਨਸ ਦੀ ਪੋਜੀਟਿਵੀ ਅੰਤੀ ਆਬੰਦਨੋ ਸੋ ਇਹਦੇ ਨਾਲ ਤੁਸੀਂ ਇੱਕ ਵਾਊਚਰ ਤੁਹਾਨੂੰ ਮਿਲੇਗਾ ਇੱਕ ਤਰ੍ਹਾਂ ਦਾ ਉਹ ਵਾਊਚਰ ਤੁਹਾਨੂੰ ਤੀਕਰ ਦਾ ਹੋਵੇਗਾ ਤੁਸੀਂ ਕਿਸੇ ਵੀ ਮਾਰਕੀਟ ਜਿਵੇਂ ਕਿ throni ਜਾਂ media world ਇਹਨਾਂ ਵਿੱਚ ਵਰਤ ਸਕਦੇ ਹੋ ਜਾਂ ਕਿਸੇ ਆਨਲਾਈਨ ਸਟੋਰ ਤੇ ਵੀ ਵਰਤ ਸਕਦੇ ਹੋ ਘਟੋ ਘਟ 6000 ਤੋਂ ਵੀ ਜ਼ਿਆਦਾ ਐਸੀ ਮਾਰਕੀਟਾਂ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਵਰਤਿਆ ਜਾ ਸਕਦਾ ਹੈ ਇਸ ਵਾਊਚਰ ਨੂੰ ਸੋ ਹੁਣ ਦੇਖ ਲੈਣਾ ਵੀ ਇਹਨਾਂ ਨੂੰ ਅਪਲਾਈ ਕਿਦਾਂ ਕਰਨਾ ਕਿਸ ਤਰੀਕੇ ਨਾਲ ਤੁਹਾਨੂੰ ਇਹ ਬੋਨਸ ਮਿਲ ਸਕਦਾ ਸੋ ਜੀ Google ਬਾਬੇ ਕੋਲ ਜਾ ਕੇ ਤੁਸੀਂ ਲਿਖ ਦੇਣਾ ਬੋਨਸ 세조లినੋ ਉਸ ਤੋਂ ਬਾਅਦ ਪਹਿਲੀ ਵੈਬਸਾਈਟ ਹੋਏਗੀ www.bonussezolino ਇੰਨੇ ਤਾਂ ਤੁਸੀਂ ਕਲਿੱਕ ਕਰਨਾ ਤੇ ਇਹ ਜਿਹੜਾ ਦਮੰਦਾ ਸਿਰਫ 4 ਸਾਲ ਤੱਕ ਦੇ ਬੱਚੇ ਜਿਹੜੇ 4 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਬੱਚਿਆਂ ਲਈ ਹੋ ਸਕਦਾ ਉਸ ਤੋਂ ਵੱਡੇ ਬੱਚਿਆਂ ਲਈ ਨਹੀਂ ਹੋ ਸਕਦਾ ਸੋ ਜੇ ਆ ਖੋਲ ਲੀ ਆਪਣੀ ਵੈਬਸਾਈਟ ਜਿੱਥੇ ਆਪਾਂ ਕਰਨਾ ਉਹ ਦਮੰਦਾ ਅ ਇੱਥੇ ਆਪਾਂ ਤੁਹਾਨੂੰ ਹੁਣੇ ਦੱਸ ਦਾਂ ਕਿ ਤੁਹਾਨੂੰ ਇੱਥੇ ਦਮੰਦਾ ਕਰਨ ਲਈ ਸਪੀਡ ਚਾਹੀਦਾ ਹੈ ਸਪੀਡ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਜਾਂਦੀ ਹੈ ਪੂਰੇ ਇਟਲੀ ਵਿੱਚ ਜੇਕਰ ਤੁਸੀਂ ਕੋਈ ਆਨਲਾਈਨ ਕੰਮ ਕਰਨਾ ਚਾਹੁੰਦੇ ਆਨਲਾਈਨ ਦਮੰਦਾ ਕਰਨਾ ਚਾਹੁੰਦੇ ਤੁਹਾਡੇ ਕੋਲ ਸਪੀਡ ਹੋਣਾ ਜ਼ਰੂਰੀ ਆ ਇੱਕ ਤਰ੍ਹਾਂ ਦਾ ਆਨਲਾਈਨ ਸਿ ਸੋ 스ਪੀਡ ਨੂੰ ਤੁਸੀਂ ਪੋਸਟ ਦੇ ਵਿੱਚ ਜਾ ਕੇ ਵੀ ਬਣਵਾ ਸਕਦੇ ਹੋ ਪੋਸਟ ਵਾਲਾ ਦਾ ਜਿਹੜਾ 스ਪੀਡ ਦਿਓ ਸਭ ਤੋਂ ਬੰਨੇ ਪਰ ਮੰਨੇ ਆ 스ਪੀਡ ਦਾ ਸੋ ਪੋਸਟ ਦੇ ਵਿੱਚ ਜਾ ਕੇ ਤੁਸੀਂ 스ਪੀਡ ਆਪਣਾ ਲੈ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਜਿਹੜਾ 스ਪੀਡ ਦਿਓ ਤੁਹਾਡੀ ਮੋਬਾਈਲ ਐਪਲੀਕੇਸ਼ਨ ਨਾਲ ਜੁੜ ਜਾਂਦਾ ਠੀਕ ਹੈ ਸੋ ਇੱਥੇ ਆਪਾਂ ਕਰਦੇ ਆ ਫਿਰ ਕੀ ਦੀ ਇਲ ਬੋਨੋ ਸੋ ਜਿੱਥੇ ਤੁਹਾਨੂੰ ਕਲਿੱਕ ਕਰਨਾ ਪੈਣਾ ਹੈ ਐਂਟਰਾ ਕੌਨ 스ਪੀਡ ਜਿਵੇਂ ਜਿਵੇਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਸਾਰੇ 스ਪੀਡ ਆ ਜਾਣਗੇ ਜਿਹੜੀ ਜਿਹੜੀ ਕੰਪਨੀਆਂ 스ਪੀਡ ਦਿੰਦੀਆਂ ਨੇ ਸੋ ਪੋਸਟ ਵਾਲੀ ਇਹ ਲਿਖਿਆ ਪੋਸਟ ਇਹਦੀ ਜਿਵੇਂ ਜਿਵੇਂ ਕਲਿੱਕ ਕਰੋਗੇ ਪੋਸਟ ਵਾਲੇ ਇਸ 바ਰ ਕੋਡ ਰਾਹੀਂ ਤੁਸੀਂ ਇੱਥੇ ਲੌਗਇਨ ਕਰ ਸਕਦੇ ਹੋ। ਸੋ ਕੁਝ ਇਸ ਤਰੀਕੇ ਨਾਲ ਮੈਂ ਇੱਥੇ ਲੌਗਇਨ ਕਰ ਚੁੱਕਿਆ ਹਾਂ ਤੇ ਮੈਨੂੰ ਹੁਣ ਦੂਸਰੇ ਪੇਜ 'ਤੇ ਲੈ ਆ ਕੇ ਸੱਟੇਗਾ। ਸੋ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਕੋਲ ਚਾਰ ਚੀਜ਼ਾਂ ਹੋਣੀ ਚਾਹੀਦੀਆਂ ਨੇ ਕੋਦੀ ਚੇ ਫਿਸਕਾਲੇ, ਨੋਮੇ ਕੋਨਿਓਮੇ ਇਹ ਡਾਟਾ ਦੀ ਨਾਚੀਤਾ। ਉਸ ਤੋਂ ਬਾਅਦ ਤੁਸੀਂ ਕਲਿੱਕ ਕਰ ਦੇਣਾ ਇੱਥੇ। ਉਸ ਤੋਂ ਬਾਅਦ ਸਿੱਧਾ ਤੁਸੀਂ ਪਹੁੰਚ ਜਾਓਗੇ ਇਸ ਪੇਜ ਉੱਤੇ। ਠੀਕ ਹੈ। ਇੱਥੇ ਤੁਸੀਂ ਆਪਣੀ ਬੋਨੀ ਨੂੰ ਐਂਟਰ ਕਰਾ ਸਕਦੇ ਹੋ। ਇੱਥੇ ਦੇਖੋ ਦੋ ਆਪਸ਼ਨ ਤੁਹਾਨੂੰ ਨਜ਼ਰ ਆਣਗੇ। ਅਜੁੰਜੀ ਇਦਾਤੀ ਦਲ ਬੰਬੀਨੋ ਪੇਰਲਕਵਾਲੇ ਵੋਇ ਉਸ ਤੋਂ ਬਾਅਦ ਤੁਸੀਂ ਦੇ ਪ੍ਰੈਨ ਉਤਾਰੇ ਵੀ ਕਰ ਸਕਦੇ ਹੋ ਮਤਲਬ ਕਿ ਬੱਚਾ ਅਜੇ ਹੋਇਆ ਨਹੀਂ ਪਰ 15 ਦਿਨ ਬਾਅਦ ਹੋਣਾ ਬੱਚਾ ਸੋ ਤੁਸੀਂ ਇੱਥੇ ਕਲਿੱਕ ਕਰਕੇ ਪ੍ਰੈਨ ਉਤਾਰੇ ਕਰ ਸਕਦੇ ਹੋ ਜਿਹੜੀ ਬੋਨ ਹੋਏਗੀ ਤੁਹਾਡੀ 15 ਦਿਨਾਂ ਬਾਅਦ ਐਕਟੀਵੇਟ ਹੋਏਗੀ ਸੋ ਜਿਨ੍ਹਾਂ ਦੇ ਬੱਚੇ ਹੈ ਨੇ 4 ਸਾਲ ਤੋਂ ਜਿਨ੍ਹਾਂ ਦੀ ਉਮਰ ਘਾਟੇ ਉਹ ਇੱਥੇ ਕਲਿੱਕ ਕਰਨਗੇ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਨੋਵੇਂ ਉਹਦਾ ਕੋਚ ਚਿਪਸ ਕਾਲੇ ਉਹਦਾ ਕੋਨਿਓਮੇ ਤੁਸੀਂ ਦਾਤਾ ਦੀ ਨਾਸ਼ੀਤਾ ਕਰਕੇ ਸਾਲਵਾ ਤੇ ਕਲਿੱਕ ਕਰ ਦੇਣਾ ਤੇ ਉੱਥੇ નીચે ਇਹ ਖਿਆ ਜਾਏਗਾ ਸਾਲਵਾ ਪੀਡੀਐਫ ਉਹ ਪੀਡੀਐਫ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਜਿਹੜੀ ਤੁਹਾਨੂੰ ਕੁਝ ਇਸ ਤਰੀਕੇ ਦੀ ਨਜ਼ਰ ਆਏਗੀ ਠੀਕ ਹੈ ਕੁਝ ਇਸ ਤਰੀਕੇ ਦਾ ਪੇਪਰ ਹੋਏਗਾ ਸੋ ਐਸ ਪੇਪਰ ਨੂੰ ਲਈ ਜਾ ਕੇ ਤੁਸੀਂ ਮਾਰਕੀਟ ਵਿੱਚ ਵੀ ਵਰਤ ਸਕਦੇ ਹੋ ਮਾਰਕੀਟਾਂ ਦੇ ਨਾਮ ਤਰ੍ਹਾਂ ਮੈਂ ਦਿਖਾ ਦਿੰਨਾ ਦੋਵੇ ਉਜ਼ਾਰੇ ਈ ਬੋਨੀ ਇੱਥੇ ਕਲਿੱਕ ਕਰ ਸਕਦੇ ਹੋ ਇਸੇ ਤੁਹਾਨੂੰ ਸਾਰੀ ਜਿਹੜੀ ਜਗ੍ਹਾ ਹੈ ਨਾ ਜਿੱਥੇ ਤੁਸੀਂ ਵਰਤ ਸਕਦੇ ਹੋ ਬੋਨੀ ਨੂੰ ਉਹ ਤੁਹਾਨੂੰ ਇੱਥੇ ਲਿਖ ਜਾਏਗਾ ਤੁਸੀਂ ਆਪਣੇ ਪਿੰਡ ਦਾ ਨਾਮ ਇੱਥੇ ਪਾ ਕੇ ਐਪਲੀਕਾ ਫਿਲਟਰੀ ਇੱਥੇ ਕਲਿੱਕ ਕਰਦੇ ਹੋ ਤੁਹਾਡੇ ਸਾਹਮਣੇ ਜਿਹੜੀ ਪਿੰਡ ਵਿੱਚ ਤੁਹਾਡੇ ਪਿੰਡ ਵਿੱਚ ਜਿਹੜੀ ਐ ਬੋਨੀ ਚੱਲ ਸਕਦੀਆਂ ਨੇ ਉਹ ਤੁਹਾਨੂੰ ਇੱਥੇ ਨਜ਼ਰ ਆ ਕੜਨ ਦੇ ਦਿੱਤੇ ਪਿੰਡ ਜਿਹੜੇ ਹੋਣਗੇ ਉਹਨਾਂ ਦੇ ਨਾਮੇ ਚਾਪਾ ਸਕਦੇ ਹੋ ਆਨਲਾਈਨ ਵੀ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਇੱਥੇ ਕਲਿੱਕ ਕਰ ਸਕਦੇ ਹੋ ਨਾ ਗੋਸੀ ਆਨਲਾਈਨ ਐਪਲੀਕਾ ਫਿਲਟਰੀ ਜਿੰਨੀ ਵੀ ਆਨਲਾਈਨ ਹੋਣਗੀਆਂ ਜਿਹੜੀ ਵੀ ਮਾਰਕੀਟ ਆਨਲਾਈਨ ਹੋਏਗੀ ਉਹ ਸਾਰੀ ਤੁਹਾਨੂੰ ਇੱਥੇ ਨਜ਼ਰ ਆ ਜਾਣਗੀਆਂ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਆਪਣੀ ਬੋਨੀ ਨੂੰ ਵਰਤ ਵੀ ਸਕਦੇ ਹੋ ਤੇ ਆਪਣੀ ਐਦਮੰਦਾ ਆਰਾਮ ਨਾਲ ਕਰੇ ਬੈਠੇ ਕਰ ਵੀ ਸਕਦੇ ਹੋ ਐਕਟੀਵੇਟਾ ਨਾਲ ਦੇ ਨਾਲ ਹੀ ਹੋ ਜਾਏਗੀ ਤੇ ਮਹੀਨੇ ਖੰਡ ਦੀ ਹੁੰਦੀ ਹੈ ਇਸ ਤੋਂ ਜ਼ਿਆਦਾ ਵੈਲਿਡ ਨਹੀਂ ਹੁੰਦੀ ਤੇ ਪੂਰੇ ਇਟਲੀ ਵਿੱਚ 6518 ਐਸੀ ਜਗ੍ਹਾ ਨੇ ਜਿਹੜਾ ਤੁਸੀਂ ਇਹਨਾਂ ਨੂੰ ਬੋਨੈ ਨੂੰ ਵਰਤ ਸਕਦੇ ਹੋ ਸੋ ਜੀ ਇੱਕ ਛੋਟੀ ਜਿਹੀ ਵੀਡੀਓ ਸੀ ਤੇ ਖਤਮ ਕਰਦੇ ਆਂ ਇੱਥੇ ਹੀ ਆਪਣੀ ਵੀਡੀਓ ਨੂੰ ਤੇ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਯੂਸਫੁਲ ਲੱਗਾ ਤੁਹਾਡੀ ਮਦਦ ਹੋਈ ਹੈ ਇਹਦੇ ਨਾਲ ਸੋ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਬਿਲਕੁਲ ਨਾ ਭੁੱਲਿਓ ਸੋ ਚੰਗਾ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਅਬ ਰੱਖਾਂ